पंजाबी रेडियो यूएसए लेके आया है ताई फिनो दिया तत्तियां। जब तत्तियां सुनाया नी बड़ा दुख लगया, बड़ा दुख लगया। मैं माइता सच्ची गल कर दिया, बुरी तो आप ही लग जाती है। जब तत्तियां सुनाया नी बड़ा दुख लगया, बड़ा दुख लगया। ये तू किन्ना क पढ़ियां भला? ना पढ़ी का मैं साहब दैया कुड़े पर ऊ मैं नॉलेज बांटिया मेनू। हाय सदके तेरी नॉलेज दे ताईए। चल आज फिर एक हिसाब किताब लाके दस मेनू। ना की कुड़े ताईए केंदे आ वे जदों मनमोहन सिंह होरां दी सरकार सी ना। उस वेले मनमोहन सिंह होरां ने जिन्ने बाहर दौरे दूरे किते, जिन्ने घूमे फिरे, उत्ते तकरीबन कोई 642 करोड़ रुपया खर्चा गया सी। ना कुड़े इन्ना पैसा खर्चता सरदार मनमोहन सिंह ने। हाँ ताईए मतलब 2004 तो लेके 2013 दे दरमियान दा ये सारा खर्चा आ। ਕੋਈ 9-10 ਸਾਲ ਬਣ ਗਏ ਹੈ। ਹਾਂ ਤਾਂ ਤੂੰ ਮੈਨੂੰ ਐ ਦੱਸ ਵੀ 1 ਸਾਲ ਦੇ ਵਿੱਚ ਕਿੰਨੇ ਖਰਚੇ? ਜਮੀ ਜੇ ਦਹਾਨਾ ਲਾ ਲਈਏ ਕੁੜੇ ਫੇਰ ਤਾਂ 64 ਕਰੋੜ ਤੋਂ ਉੱਤੇ ਗਿਆ ਖਰਚਾ ਕੁੜੇ ਸਾਲ ਦਾ। ਤਾਈਏ ਫਿਰ 1 ਮਹੀਨੇ ਦਾ ਕਿੰਨਾ ਹੋਇਆ? ਭਾਈ ਮਹੀਨੇ ਦਾ ਹੋ ਗਿਆ ਕੁੜੇ 5 ਕਰੋੜ ਤੋਂ ਜ਼ਿਆਦਾ ਕੁੜੇ। ਤੇ ਜੇ ਦਿਹਾੜੀ ਦਾ ਲਾਈਏ ਫਿਰ? ਹਾਏ ਹਾਏ ਭਾਈ ਫੇਰ 10-17-18 ਲੱਖ ਨੂੰ ਬਹਿੰਦੇ ਨੇ ਜਾ ਕੇ ਸਰਦਾਰ ਜੀ ਭਾਈ ਜਾਇਜ਼ ਦੇ ਖਰਚੇ ਤੇ। ताइए देर ला किन्ना खर्चा कर दिता? नहीं मैं ता कहनी अभी आहा जदों खर्चे वाले हुण 10 मुल्क वाले नु पता लग गया होगा, हुण ता सगो बड़ा गुस्सा होदा होना सरदार जी ते। कादा गुस्सा? भी सरदार जी दिहाड़ी दा लखां रुपया तुसी 10 जहाज दे तेल ते फूक दंदे रहे, कितने बोरी पैंदे रुपये दा। ਕਿਤੇ ਪਿਆਰ ਨਾ ਕਹਿ ਦਿੰਦੇ ਵੀ ਕੋਈ ਨਾ ਯਾਰ ਤੇਲ ਚੂਲ ਜਿਹਾ ਵਧੀ ਜਾਂਦਾ, ਖੰਡ ਖੁੰਡ ਜੀ ਭਾਈ ਔਖੀ ਆ ਮੈਨੂੰ ਪਤਾ। ਉਹ ਤਾਂ ਇੰਨਾ ਵੀ ਨਾ ਕਿਹਾ ਕੁੜੇ। ਯੇ ਚੱਲ ਉਹਨਾਂ ਨੂੰ ਤੂੰ ਛੱਡ, ਜੇ ਆਪਾਂ ਮੋਦੀ ਸਾਹਿਬ ਦਾ ਹਿਸਾਬ ਲਾਈਏ ਤਾਂ ਕਿੰਨਾ ਖਰਚਾ ਹੁੰਦਾ ਹੋਣਾ? ਇਹ ਤਾਂ ਬਾਹਲਾ ਔਖਾ ਕੁੜੇ, ਉੱਥੇ ਟਿਕਦੇ ਹੀ ਨੀ ਮੁਲਕ ਚ। ਜਦੋਂ ਦੇਖੋ ਕਹਿੰਦੇ ਕਦੀ ਇਸ ਨਾ ਫੋਟੋਆਂ ਜਿਹਾ ਖਿਚਾਈ ਜਾਂਦਾ, ਕਦੇ ਉਹਦੇ ਨਾਲ ਫੋਟੋਆਂ ਖਿਚਾਈ ਜਾਂਦਾ। ਮੈਂ ਤਾਂ ਇਹ ਕਹਿੰਦੀ ਆ ਵੀ ਭਾਈ ਹੁਣ ਨਾ ਜਿਹੜਾ ਰੌਲਾ ਪਾਉਂਦੇ ਆ ਵੀ ਕਾਲਾ ਧਨ ਲਿਆਵਾਂਗੇ, ਕਾਲਾ ਧਨ ਲਿਆਵਾਂਗੇ, ਇਹਨਾਂ ਨੂੰ ਮਤਾ ਪਾਉਣਾ ਚਾਹੀਦਾ ਵੀ ਪਹਿਲਾਂ ਪ੍ਰਧਾਨ ਮੰਤਰੀ ਲਿਆਵਾਂਗੇ, ਮੁਲਕ ਚ ਫੇਰ ਲਿਆਇਓ ਕੁਝ ਹੋਰ। ਤਾਈਏ ਵੈਸੇ ਮੈਂ ਇੱਕ ਹਿਸਾਬ ਲਾਇਆ ਵੀ ਆਹ ਤਾਂ ਸਿਸਟਮ ਬੜਾ ਹੀ ਵਧੀਆ। ਵੈਸੇ ਤਾਂ ਬਾਹਰਲੇ ਮੁਲਕਾਂ ਦਾ ਵੀਜ਼ਾ ਵੂਜ਼ਾ ਲੱਗਦਾ ਨੀ, ਬੰਦਾ ਪ੍ਰਧਾਨ ਮੰਤਰੀ ਬਣ ਜਾਵੇ, ਦੇਖ ਕਿੰਨੇ ਮੁਲਕ ਘੁੰਮਣ ਨੂੰ ਮਿਲਦੇ ਨੇ। ਭਾਈ ਹੋ ਸਕਦਾ ਬਈ ਆ 2-3 ਸਾਲਾਂ ਤੱਕ ਜਿਹੜਾ ਜਲੰਧਰ ਕੋਲੇ ਬੱਸ ਅੱਡੇ ਕੋਲੇ ਹੈਗਾ ਏਜੰਟਾਂ ਜੁੰਟਾਂ ਦੇ ਦਫ਼ਤਰ, ਜਿੱਥੇ ਵੈਲਟਸ ਕਰਾਉਂਦੇ ਆ ਜਵਾਕਾਂ ਨੂੰ ਬਾਹਰ ਕੱਢਣ ਨੂੰ। ਹਾਂ ਹਾਂ ਤਾਈਏ ਭਾਈ ਕੋਈ ਸ਼ਾਇਦ ਪ੍ਰਧਾਨ ਮੰਤਰੀ ਬਣਾਉਣ ਵਾਲਾ ਕੋਰਸ ਆ ਜੇ ਵੀ ਭਾਈ ਪ੍ਰਧਾਨ ਮੰਤਰੀ ਬਣਨ ਵਾਲਾ ਕੋਰਸ ਕਰੋ, ਹਰੇਕ ਮਹੀਨੇ ਬਾਹਰ ਜਾਓ। ਮੈਂ ਤਾਂ ਸੱਚੀ ਗੱਲ ਕਰਦੀ ਆ, ਬੁਰੀ ਤਾਂ ਆਪੇ ਲੱਗ ਜਾਂਦੀ ਆ। ਜਦੋਂ ਤੱਕ ਸੁਣਾਈਆਂ ਨੀ ਬੜਾ ਦੁੱਖ ਲੱਗਿਆ, ਬੜਾ